ਨਿਊਜ਼ ਰਿਪੋਰਟਰ ਪੂਨਮ TV 1884 ਨਿਊਜ਼ ਚੈਨਲ ਤੋਂ। ਅੱਜ ਅਸੀਂ ਗੱਲ ਕਰਦੇ ਹਾਂ ਮਾਸਟਰ ਗੁਰਬਚਨ ਸਿੰਘ ਜੀ, ਜੋ ਕਿ ਭਾਰਤੀ ਲੋਕਤੰਤਰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਹਨ। ਹਾਂਜੀ ਮਾਸਟਰ, ਜਿਹੜੀ ਤੁਸੀਂ ਅੱਜ ਮੀਟਿੰਗ ਰੱਖੀ ਹੈ, ਕਿਸ ਮੁੱਦੇ ਨੂੰ ਲੈ ਕੇ ਰੱਖੀ ਹੈ ਜੀ? ਜੋ ਅੱਜ ਭਾਰਤੀ ਲੋਕਤੰਤਰ ਪਾਰਟੀ ਵੱਲੋਂ ਇੱਥੇ ਮੀਟਿੰਗ ਰੱਖੀ ਗਈ, ਇਸ ਮੀਟਿੰਗ ਦਾ ਜਿਹੜਾ ਮੁੱਖ ਏਜੰਡਾ ਸੀਗਾ ਕਿ ਜੋ ਵਰਤਮਾਨ ਪਾਰਟੀਆਂ ਚੱਲ ਰਹੀਆਂ, BJP ਚੱਲ ਰਹੀ ਹੈ ਸਾਰੇ ਦੇਸ਼ ਦੇ ਵਿੱਚ ਅਤੇ ਕਾਂਗਰਸ ਪਾਰਟੀ ਚੱਲ ਰਹੀ ਹੈ ਪੰਜਾਬ ਦੇ ਵਿੱਚ ਅਤੇ ਹੋਰ ਬਹੁਤ ਸਾਰੀਆਂ ਪਾਰਟੀਆਂ ਇਹ ਚੱਲ ਰਹੀਆਂ, ਇਹਨਾਂ ਪਾਰਟੀਆਂ ਦੇ ਸਾਰੇ ਸ਼ਾਸਨ ਦੇ ਦੌਰਾਨ ਜਿਹੜੇ ਲੋਕਾਂ ਦੀ ਹਾਲਤ ਆ ਉਹ ਦਿਨੋ ਪਰ ਦਿਨ ਵਿਗੜਦੀ ਚਲੀ ਜਾ ਰਹੀ ਆ ਅਤੇ ਇਸ ਹਾਲਤ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਸਮਝਦੇ ਹਾਂ ਕਿ ਜਨਤਾ ਦਾ ਜਿਹੜਾ ਰੋਸ ਆ ਉਹ ਪ੍ਰਗਟਾਇਆ ਜਾਵੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਵੀ ਇਹਨਾਂ ਪਾਰਟੀਆਂ ਵੱਲੋਂ ਕੋਈ ਇਸ ਤਰ੍ਹਾਂ ਦਾ ਜਿਹੜਾ ਐਕਸ਼ਨ ਜੋ ਇਹਨਾਂ ਨੇ ਮੈਨੀਫੈਸਟੋ ਦੇ ਵਿੱਚ ਆਪਣਿਆਂ 'ਚ ਲਿਖਿਆ ਉਹਨਾਂ ਦੇ ਸੰਬੰਧ 'ਚ ਅਸੀਂ ਸਮਝਦੇ ਹਾਂ ਕਿ ਵੀ ਉਹ ਇਹ ਆਪਣੇ ਮੈਨੀਫੈਸਟੋ 'ਚ ਜੋ ਇਹਨਾਂ ਨੇ ਵਾਅਦੇ ਕੀਤੇ ਉਹਨਾਂ ਨੂੰ ਪੂਰੇ ਕਰਦੇ। ਸਰ, ਜਿੰਨੀਆਂ ਵੀ ਅੱਜ ਤੱਕ ਪਾਰਟੀਆਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਹੈ ਜਾਂ ਕਾਂਗਰਸ ਪਾਰਟੀ ਹੈ, ਜਨਤਾ ਨਿਰਾਸ਼ ਹੈ ਇਹਨਾਂ ਤੋਂ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਸਾਰੀਆਂ ਪਾਰਟੀਆਂ ਝੂਠ ਬੋਲਦੀਆਂ ਅਤੇ ਝੂਠੇ ਮੈਨੀਫੈਸਟੋ ਛਾਪਦੀਆਂ ਅਤੇ ਲੋਕਾਂ ਦੇ ਵਿਰੋਧ 'ਚ ਇਹ ਕੰਮ ਕਰਦੀਆਂ ਅਤੇ ਇਹਨਾਂ ਦਾ ਲੋਕਾਂ ਦੀ ਭਲਾਈ ਵੱਲ ਕੋਈ ਧਿਆਨ ਨਹੀਂ। ਸਰ, ਜਿਵੇਂ 1.5 ਸਾਲ ਹੋ ਗਏ ਕਾਂਗਰਸ ਪਾਰਟੀ ਆਈ ਹੈ, ਪਰ ਇਹਨਾਂ ਨੇ ਕੁਛ ਵੀ ਨਹੀਂ ਕੀਤਾ ਹੈਗਾ। ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਵੀ ਇਹ ਝੂਠੀਆਂ ਪਾਰਟੀਆਂ ਅਤੇ ਲੋਕਾਂ ਨੂੰ ਗੁੰਮਰਾਹ ਕਰਨ 'ਤੇ ਲੱਗੀਆਂ ਆ, ਲੋਕ ਭੋਲੇ ਭਾਲੇ ਆ ਅਤੇ ਲੋਕਾਂ ਦੇ ਅੰਦਰ ਚੇਤਨਾ ਨਹੀਂ, ਜਾਗਰੂਕਤਾ ਨਹੀਂ ਹੈਗੀ, ਇਸ ਕਰਕੇ ਉਹ ਹਰ ਵਾਰੀ ਲੋਕਾਂ ਨੂੰ ਗੁੰਮਰਾਹ ਕਰਦੇ ਰਹਿੰਦੇ ਆ ਅਤੇ ਕੁਰਸੀਆਂ ਦੇ ਬਿਰਾਜਮਾਨ ਹੋ ਕੇ ਲੋਕਾਂ ਨੂੰ ਲਗਾਤਾਰ 5 ਸਾਲ ਵਾਸਤੇ ਅਤੇ ਉਹਨਾਂ ਦੀ ਲੁੱਟ ਖਸੁੱਟ ਕਰਦੇ ਰਹੇ। ਸਰ, ਤੁਸੀਂ ਫਿਰ ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ, ਕੀ ਕਹਿਣਾ ਚਾਹੁੰਦੇ ਹੋ ਜਨਤਾ ਨੂੰ? ਮੈਂ ਜਨਤਾ ਨੂੰ ਇਹੀ ਕਹਿਣਾ ਚਾਹੁੰਦਾ ਕਿ ਵੀ ਜਨਤਾ ਨੂੰ ਕਿ ਵੀ ਇਹਨਾਂ ਪਾਰਟੀਆਂ ਦਾ ਸਾਨੂੰ ਖਹਿੜਾ ਛੱਡਣਾ ਚਾਹੀਦਾ, ਇਹਨਾਂ ਨੂੰ ਪਛਾਣਨਾ ਚਾਹੀਦਾ, ਪਿਛਲੇ 60-70 ਸਾਲ ਤੋਂ ਇਹ ਪਾਰਟੀਆਂ ਲੋਕਾਂ ਨੂੰ ਗੁੰਮਰਾਹ ਕਰਦੀਆਂ। ਧੰਨਵਾਦ, ਥੈਂਕ ਯੂ।